ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੋਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਤਿਕਾਰਯੋਗ ਗੁਰੂ ਸਵਾਰੀ ਸਾਧ ਸਿੰਘ ਜੀਓ ਆਓ ਸਤਿਗੁਰਾਂ ਦੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਜਾਂ ਮਿਲੀ ਹੋਈ ਰਹਿਮਤ ਦਾ ਸ਼ੁਕਰ ਅਦਾ ਕਰਨ ਲਈ ਆਪਣੇ ਅੰਦਰ ਬੈਠੇ ਹੋਏ ਸੱਚੇ ਨਿਰੰਕਾਰ ਦੇ ਨੇੜੇ ਹੋਣ ਲਈ ਦੁਨੀਆਂ ਦੇ ਰੌਲੇ ਗੌਲੇ ਦਾ ਭਾਰ ਸਿਰਾਂ ਤੋਂ ਉਤਾਰ ਕੇ ਜ਼ਿੰਦਗੀ ਨੂੰ ਕੁਛ ਪਲ ਹੌਲਾ ਫੁੱਲ ਕਰਨ ਲਈ ਸਤਿਗੁਰੂ ਜੀ ਦੇ ਗੁਣਾਂ ਦਾ ਗਾਇਨ ਕਰੀਏ। ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਜਿੱਥੇ ਕੁਝ ਕੁ ਪੰਨਿਆਂ ਦੇ ਦਰਸ਼ਨ ਦੀਦਾਰ ਕੀਤੇ ਹਨ, ਉੱਥੇ ਅੱਜ ਆਪਾਂ ਸਤਿਗੁਰਾਂ ਦੀ ਮਹਾਨ ਪਵਿੱਤਰ ਤੁਰਕੀ ਬਾਣੀ ਉਹਦੇ ਵੀ ਅੱਜ ਤੋਂ ਦੀਦਾਰ ਕਰਨੇ ਨਾਲ ਪ੍ਰਾਰੰਭ ਕਰਾਂਗੇ। ਇੱਕ ਗੱਲ ਜ਼ਰੂਰ ਸਭ ਤੋਂ ਪਹਿਲਾਂ ਚੇਤਾ ਵਿੱਚ ਰੱਖੀਏ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਵਰਤ ਰਹੇ ਨੇ। ਅਸੀਂ ਤਦੇ ਜਦੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਨਮਸਕਾਰ ਕਰੀਦੀ, ਕਦੇ ਇਹ ਜਾਣ ਕੇ ਨਹੀਂ ਵੀ ਇਹਦੇ 'ਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਏ, ਜਾਂ ਭਗਤਾਂ ਨੂੰ ਵੱਖ ਕਰੀਏ ਜਾਂ ਪੱਟਾਂ ਜਾਂ ਗੁਰਸਿੱਖਾਂ ਨੂੰ, ਨਹੀਂ ਸਮੁੱਚੀ ਬਾਣੀ ਸਤਿਗੁਰਾਂ ਦੀ, ਉਹਦੇ ਅੰਦਰ ਇੱਕੋ ਹੀ ਅਕਾਲ ਪੁਰਖ ਦੀ ਜੋਤ ਵਰਤ ਰਹੀ ਏ। ਬੋਲਿਆ ਪੂਰੀ ਜਗ੍ਹਾ 'ਤੇ ਨਿਰੰਕਾਰ ਆਪ ਹੀ ਏ, ਪਰ ਜਿਹੜੀਆਂ ਰਸਨਾਂ ਨੂੰ ਉਹਨਾਂ ਨੇ ਵਰਤਿਆ ਉਹ 36 ਹਨ। 6 ਗੁਰੂ ਸਾਹਿਬਾਨ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ 19 ਰਾਗਾਂ ਵਿੱਚ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਨੇ, ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਮੁੱਖ ਤੋਂ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਾਣੀ ਦੀ ਰਚਨਾ ਕਰਵਾਈ, 19 ਰਾਗ ਜੋ ਸਤਿਗੁਰਾਂ ਨੇ ਪਹਿਲੇ ਜਾਮੇ ਵਿੱਚ ਵਰਤੇ ਉਹਨਾਂ 'ਚੋਂ ਹੀ 17 ਰਾਗਾਂ ਦੀ ਵਰਤੋਂ ਕੀਤੀ ਗਈ। ਧੰਨ ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਉਹਨਾਂ ਨੇ 30 ਰਾਗਾਂ ਦੀ ਵਰਤੋਂ ਕੀਤੀ ਹੈ। 19 ਰਾਗ ਅਤੇ ਉਹ ਹੀ ਉਹਦੇ ਨਾਲ 11 ਰਾਗ ਹੋਰ, ਸੋ 30 ਰਾਗਾਂ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਰਜ। 6ਵੇਂ, 7ਵੇਂ, 8ਵੇਂ ਅਤੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਬਾਇਮਾਨ ਨਹੀਂ, 9ਵੇਂ ਪਾਤਸ਼ਾਹ ਮਹਾਰਾਜ ਜੀ ਦੇ 59 ਸ਼ਬਦ 57 ਸਲੋਕ ਦਰਜ ਨੇ। ਬਿਨੈ ਕਰਾਂ, ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦੇ 59 ਸ਼ਬਦ, ਇਹ 15 ਰਾਗਾਂ ਦੀ ਵਰਤੋਂ ਕੀਤੀ ਗਈ। ਇੱਕ ਰਾਗ ਜੈਜਾਵੰਤੀ ਹੈ, ਉਹਦੇ ਵਿੱਚ 4 ਸ਼ਬਦ ਨੇ, ਉਹ ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਉਸ ਰਾਗ ਨੂੰ ਵਰਤਿਆ।
ਉਹਨਾਂ ਦੇ ਮੁਖ ਤੋਂ ਉਚਾਰਨ ਕੀਤੀ ਬਾਣੀ ਜੈਜਾਵੰਤੀ ਵਿੱਚ। ਬਾਕੀ 14 ਰਾਗ ਜਿਹੜੇ ਪਹਿਲੇ ਸਤਿਗੁਰੂ ਸਾਹਿਬਾਨਾਂ ਨੇ ਵਰਤੇ ਉਹੀ ਹਨ। ਤੋ ਜਿਹੜੇ ਸਲੋਕ ਨੇ ਆਪਾਂ ਜਾਣਦੇ, ਜਿਨ੍ਹਾਂ ਨੂੰ ਪਿਆਰ ਨਾਲ ਭੋਗਦੇ ਸਲੋਕ ਵੀ ਆਖਦੇ ਹਾਂ, ਵੈਰਾਗਮਈ ਸਲੋਕ ਵੀ ਆਖਦੇ ਹਾਂ, ਉਹ ਸਾਰੇ ਸਲੋਕ ਜਦੋਂ ਆਪਾਂ ਸਲੋਕ ਵਾਰਾਂ ਅਤੇ ਵਧੀਕ ਉਹਨਾਂ ਦਾ ਵੀ ਜਾਪ ਕਰ ਲਈਦਾ, ਉਸ ਤੋਂ ਬਾਅਦ ਅਖੀਰ ਵਿੱਚ ਸ਼ੁਰੂ ਹੁੰਦੇ ਨੇ। ਉਹ ਸਲੋਕਾਂ ਤੋਂ ਬਾਅਦ ਮੁੰਦਾਵਨੀ ਦਾ ਇੱਕ ਸ਼ਬਦ ਸਲੋਕ ਮਹੱਲਾ 5-13 ਕੀਤਾ ਜਾਤੋਂ ਨਾਈ ਅਤੇ ਰਾਗਮਾਲਾ ਹੈ। ਸੋ ਅੱਜ ਆਪਾਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਅੰਦਰ ਸਤਿਗੁਰਾਂ ਦੇ 9 ਸ਼ਬਦ ਨੇ। ਸਭ ਤੋਂ ਵੱਧ ਗੁਰਦੇਵ ਪਿਤਾ ਜੀ ਨੇ ਗੌੜੀ ਰਾਗ ਅਤੇ ਸੋਰਠ ਰਾਗ ਵਿੱਚ ਸ਼ਬਦ ਉਚਾਰਨ ਕੀਤੇ ਨੇ। 9 ਸ਼ਬਦ ਗੌੜੀ ਰਾਗ ਅੰਦਰ ਅਤੇ 12 ਸੋਰਠ ਅੰਦਰ ਨੇ, ਬਾਕੀ ਵੱਖ ਵੱਖ ਰਾਗਾਂ ਵਿੱਚ ਸੁਭਾਇਮਾਨ ਨੇ। ਜੋ ਸਭ ਤੋਂ ਪਹਿਲਾ ਸ਼ਬਦ ਗੌੜੀ ਰਾਗ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਆਓ ਅੱਜ ਉਹਦੇ ਦੀਦਾਰ ਕਰੀਏ। ਸਭ ਤੋਂ ਪਹਿਲਾਂ ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਸ਼ਬਦ ਦਾ ਜਾਪ, ਉਹਦੇ ਦੀਦਾਰ ਕਰੀਏ। ਸਾਹਿਬਾਂ ਦੇ ਬਚਨ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨਾਵਾਂ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਪਾਗੋ ਰਹਾਉ ਸੁਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਅਤੀਤਾ ਤਿਨ ਜਗ ਤਤ ਪਛਾਨਾ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ ਜਨ ਨਾਨਕ ਇਹ ਖੇਲ ਕਠਨ ਹੈ ਕਿਨੂ ਗੁਰਮੁਖ ਜਾਣਾ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨੂੰ ਗੁਰਮੁਖ ਜਾਣਾ। ਇਹ ਪਹਿਲਾ ਸ਼ਬਦ ਹੈ। ਸਤਿਗੁਰਾਂ ਨੇ ਮੰਗਲਾਚਰਨ ਕਰਕੇ ਇੱਕ ਓਅੰਕਾਰ, ਇੱਕ ਦਾ ਅਰਥ ਤਾਂ ਭਾਵੇਂ ਬਹੁਤ ਵੱਡਾ ਹੈ, ਅਖਰੀ ਅਰਥ ਤਾਂ ਇੰਨਾ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇਹ ਜ਼ੁਬਾਨ ਨੇ ਕਿਹਾ ਹੈ। ਪਰ ਉਹ ਜਦੋਂ ਵਾਹਿਗੁਰੂ ਦੀ ਕਿਰਪਾ ਹੋਏ, ਸੁਰਤੀ ਦੀ ਅੱਖ ਮਿਲ ਜਾਵੇ, ਇੱਕ ਸੱਚਮੁੱਚ ਅੰਦਰੋਂ ਵੀ ਨਜ਼ਰ ਆਵੇ ਅਤੇ ਬਾਹਰੋਂ ਵੀ ਨਜ਼ਰ ਆਵੇ, ਉਦੋਂ ਕਹਿ ਸਕਦੇ ਹਾਂ ਵੀ ਇੱਕ ਓਅੰਕਾਰ ਦੇ ਅਰਥ ਅਸੀਂ ਵਿਚਾਰ ਲਏ ਨੇ। ਇੱਕ ਦਾਰਚ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਅੰਕਾਰ ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਪਿਆਰਿਓ, ਊੜੇ ਦਾ ਮੂੰਹ ਖੁੱਲ੍ਹਾ ਹੈ, ਇਹਦੇ ਅਰਥ ਲੈ ਜਾਂਦੇ ਹਨ ਨਿਰੰਕਾਰ ਰਚਨਾ ਰਚ ਰਿਹਾ, ਉਹਨੇ ਬੰਦ ਨਹੀਂ ਕੀਤੀ ਜਿਵੇਂ ਊੜਾ ਖੁੱਲ੍ਹਾ ਏ, ਇਹ ਰਚਨਾ ਸਦਾ ਹੀ ਇਸੇ ਤਰ੍ਹਾਂ ਉਹ ਰਚਦਾ ਰਹਿੰਦਾ, ਢਾ ਕੇ ਫਿਰ ਨਵੀਂ ਬਣਾ ਦਿੰਦਾ ਹੈ। ਸਤਿਗੁਰ ਪ੍ਰਸਾਦ ਇਹ ਰਮਜਾਂ, ਇਹ ਰਾਜ ਸਤਿਗੁਰਾਂ ਦੀ ਕਿਰਪਾ ਨਾਲ ਖੁੱਲ੍ਹਦੇ ਨੇ। ਬੰਦਾ ਦਿਮਾਗੀ ਸੋਚ ਨਾਲ, ਮਨ ਨਾਲ, ਬੁੱਧੀ ਨਾਲ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਬਹੁਤਾ ਕੇਵਲ ਬਾਹਰੋਂ ਦਰਸ਼ਨ ਕਰ ਸਕਦਾ, ਅੰਦਰੋਂ ਸੱਚਮੁੱਚ ਨਹੀਂ, ਉਹ ਸਤਿਗੁਰਾਂ ਦੀ ਕਿਰਪਾ ਨਾਲ ਹੀ ਖੋਇਆ ਕਰਦੇ ਨੇ। ਗੁਰਪ੍ਰਸਾਦ ਹੀ ਵਰਤੇ, ਸਤਿਗੁਰ ਪ੍ਰਸਾਦ ਅੱਗੇ ਗੌੜੀ ਰਾਗ ਏ,
ਗੌੜੀ ਰਾਗ ਗੰਭੀਰ ਮੰਨਿਆ ਗਿਆ ਹੈ ਅਤੇ ਜਿਹੜਾ ਵਿਸ਼ਾ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਸ਼ੁਰੂ ਕੀਤਾ ਉਹ ਵੀ ਬੜਾ ਗੈਰ ਗੰਭੀਰ ਹੈ। ਮਹੱਲਾ ਨੌਵਾਂ, ਕਈ ਵਾਰ ਪੁੱਛਿਆ ਜਾਂਦਾ ਇਹਦਾ ਪਾਠ ਕਿਵੇਂ ਕਰਨਾ ਹੈ। ਪਿਆਰਿਓ, ਜਦੋਂ ਵੀ ਗੁਰਬਾਣੀ ਅੰਦਰ ਮਹੱਲੇ ਦੇ ਨਾਲ ਇੱਕ ਜਾਂ ਦੋ ਜਾਂ ਤਿੰਨ ਚਾਰ ਪੰਜ ਨੌਂ ਲਿਖਿਆ ਹੋਵੇ ਉਹ 'ਚ ਇਸ ਤਰ੍ਹਾਂ ਨਹੀਂ ਪੜ੍ਹੀਦਾ ਸੋਰਟ ਮਹੱਲਾ ਇੱਕ ਜਾਂ ਆਸਾ ਮਹੱਲਾ ਦੋ ਜਾਂ ਤਨਾਸਰੀ ਮਹੱਲਾ ਤਿੰਨ। ਉੱਥੇ ਅਸੀਂ ਪਿਆਰ ਨਾਲ ਪੜ੍ਹਦੇ ਹਾਂ ਪਹਿਲਾ ਦੂਜਾ ਜਾਂ ਤੀਜਾ ਚੌਥਾ ਪੰਜਵਾਂ ਅਤੇ ਅੱਜ ਅਸੀਂ ਪੜ੍ਹਾਂਗੇ ਨਾਵਾਂ। ਨਾਵੀਂ ਦਾ ਮਤਲਬ ਹੈ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਜਦੋਂ ਨਾਵਾਂ ਜਾਮਾਂ ਸਰੀਰ ਵਿੱਚ ਪ੍ਰਵੇਸ਼ ਕੀਤਾ ਹੈ। ਹੁਣ ਅੱਗੋਂ ਸਤਿਗੁਰਾਂ ਨੇ ਮਿਹਰ ਕਰਕੇ ਬਚਨ ਸਾਧੂ ਤੋਂ ਸ਼ੁਰੂ ਕੀਤੇ ਨੇ। ਜਰਾ ਕੁ ਇੱਕ ਇੱਕ ਨੁਕਤਾ ਵੇਖਣਾ ਕਿਉਂਕਿ ਗੁਰਬਾਣੀ ਵਿਚਾਰ ਰਹੇ ਹਾਂ। ਸਤਿਗੁਰਾਂ ਦਾ ਕੋਈ ਵੀ ਬਚਨ ਕਾਵਿ ਨੂੰ ਪੂਰਾ ਕਰਨ ਵਾਸਤੇ ਨਹੀਂ, ਹਰੇਕ ਇੱਥੋਂ ਤੱਕ ਲਾਂ ਦੁਲਾਂ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਦਾ ਬਹੁਤ ਵੱਡਾ ਅਰਥ ਹੈ। ਪਿਆਰਿਓ, ਸਾਧੂ ਸਾਧੂ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਕਹਿੰਦੇ ਸਾਧਨਾ ਕਰਨ ਵਾਲਿਓ, ਅੰਦਰ ਨੂੰ ਸਾਧਨਾ ਪੈਣਾ ਏ। ਨਿਰੰਕਾਰ ਨੇ ਸਰੀਰ ਦਿੱਤਾ, ਇਹਨੂੰ ਸਾਧ ਕੇ ਇਹਦੇ ਵਿੱਚੋਂ ਨਿਰੰਕਾਰ ਨੂੰ ਪ੍ਰਗਟ ਕਰਨਾ ਸੀ। ਸਾਧਨ ਦਾ ਮਤਲਬ ਸੁਰਤੀ ਜਿਹੜੀ ਅੰਦਰ ਮੈਲੀ ਪਈ ਏ ਉਹਨੂੰ ਸਾਫ਼ ਕਰਨਾ ਸੀ। ਗੁਰੂ ਕੇ ਪਿਆਰਿਓ, ਕਿਸੇ ਵਿਦਵਾਨ ਨੇ ਬਹੁਤ ਪਿਆਰਾ ਬਚਨ ਕਿਹਾ ਹੈ, ਕਹਿੰਦੇ ਸੁਰਤੀ ਵਿੱਚ ਪਰਮਾਤਮਾ ਨੂੰ ਵਸਾਉਣਾ ਸੀ ਪਰ ਸੁਰਤੀ ਅੰਦਰ ਦੋ ਚੀਜ਼ਾਂ ਪਈਆਂ ਨੇ। ਇੱਕ ਤਾਂ ਪਹਿਲੇ ਜਿਹੜੇ ਸੀ ਭੋਗ ਭੋਗ ਚੁੱਕੇ ਹਾਂ ਉਹਨਾਂ ਦੀ ਮੈਲ ਇਕੱਠੀ ਹੋਈ ਪਈ ਅੰਦਰ, ਅਤੇ ਦੂਸਰੀਆਂ ਜਿਹੜੀਆਂ ਅਜੇ ਇੱਛਾਵਾਂ ਨੇ ਉਹ ਸਾਰੀਆਂ ਜਿਹੜੇ ਅਜੇ ਪਦਾਰਥ ਭੋਗਣੇ ਨੇ, ਆਉਣ ਵਾਲੇ ਸੁਪਨੇ ਨੇ, ਉਹ ਸੁਪਨੇ ਅਤੇ ਇੱਛਾਵਾਂ ਨਾਲ ਭਰੀ ਪਈ ਸੁਰਤੀ। ਜਿੱਥੇ ਮੈਲ ਵੀ ਹੋਵੇ ਅਤੇ ਇੱਛਾਵਾਂ ਹੋਣ ਉੱਥੇ ਰੱਬ ਨੇ ਕਿੱਥੋਂ ਆਉਣਾ। ਇਹਨੂੰ ਸਾਧਨਾ ਸੀ, ਸਾਧਨਾ। ਦੁਨੀਆ ਨੇ ਪਹਿਲਾਂ ਹੀ ਗੁਰੂ ਕੇ ਪਿਆਰੇ ਇਸ ਬਚਨ ਨੂੰ ਵਿਚਾਰਿਆ ਨਹੀਂ। ਕੋਈ ਵਿਰਲੀਆਂ ਰੂਹਾਂ ਖੁੰਦੀਆਂ ਨੇ ਜਿਨ੍ਹਾਂ ਨੂੰ ਇਹ ਪਤਾ ਲੱਗੇ ਵੀ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ। ਇਹ ਬਚਨ ਇਕੱਠੇ ਕਰਕੇ ਸ਼ਬਦ ਦੇ ਇਹਦੇ ਅਰਥ ਹੋਣੇ ਨੇ। ਸਤਿਗੁਰੂ ਜੀ ਦੀ ਬਾਣੀ ਪ੍ਰਤੀ ਕਈ ਵਾਰਾਂ ਵਿਦਵਾਨ ਆਪੋ ਆਪਣੀ ਬੁੱਧ ਮੁਤਾਬਕ ਕਹਿ ਦਿੰਦੇ ਹਨ ਵੀ ਨਵੇਂ ਸਤਿਗੁਰਾਂ ਦੀ ਬਾਣੀ ਵਿੱਚ ਨਿਰਾਸ਼ਤਾ ਭਾਵ ਵੀ ਮੌਤ ਚੇਤਾ ਕਰਾਈ ਗਈ, ਨਿਰਾਸ਼ਤਾ ਨਹੀਂ। ਪਿਆਰਿਓ, ਸਮਝਣ ਵਿੱਚ ਫਰਕ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ ਉਤਸ਼ਾਹ ਹੀ ਬੜਾ ਹੈ, ਪਿਆਰ ਅਤੇ ਉਮਾਹ ਬੜਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜ਼ਿੰਦਗੀ ਦਾ ਨਿਸ਼ਾਨਾ ਸੀ ਪਰਮਾਤਮਾ ਦੀ ਪ੍ਰਾਪਤੀ। ਉਹ ਨਿਸ਼ਾਨਾ ਕਿਸੇ ਵਿਰਲੀ ਰੂਹ ਨੂੰ ਪਤਾ ਲੱਗਦਾ ਹੈ ਵੀ ਮੈਨੂੰ ਇਹ ਜਿਹੜਾ ਰੱਬ ਨੇ ਮੇਰਾ ਔਰਤ ਜਾਂ ਮਰਦ ਜਾਂ ਸਰੀਰ ਬਣਾਇਆ ਮਨੁੱਖਾ, ਇਹ ਕਾਹਦੇ ਲਈ? ਇਹ ਕੇਵਲ ਖਾਣ ਪੀਣ ਵਾਸਤੇ ਨਹੀਂ ਜਾਂ ਬਾਲ ਬੱਚਿਆਂ ਲਈ ਨਹੀਂ, ਸ਼ੋਹਰਤਾਂ ਵਾਸਤੇ ਨਹੀਂ। ਇਹਦਾ ਕੋਈ ਕਾਜ ਏ, ਇਹਦਾ ਕੋਈ ਖਾਸ ਮਨੋਰਥ ਸੀ? 84 ਲੱਖ ਜੂਨ ਨੂੰ ਨਹੀਂ ਕਿਹਾ, ਕੇਵਲ ਆਦਮੀ ਨੂੰ ਕਿਹਾ ਹੈ ਨਾ ਭਈ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਈ ਸਾਧ ਸੰਗਤ ਅਤੇ ਨਾਮ ਜਪੀ ਉਹਦੇ ਨਾਲ ਇਹ ਅੰਦਰ ਨੂੰ ਸਾਧ, ਇਹ ਤੇਰਾ ਕੰਮ ਹੈ, ਕਿਉਂ ਕਰਨਾ ਹੈ ਜੀ? ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਖੁਰੀਆ, ਆਹ ਦੇਹ ਮਿਲੀ ਹੈ ਤੈਨੂੰ ਪਤਾ ਹੈ ਕਾਹਦੇ ਲਈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਨਿਰੰਕਾਰ ਨੂੰ ਮਿਲਣ ਲਈ ਇਹ ਦੇਹੀ ਮਿਲੀ ਹੈ। ਅਤੇ ਇਹ ਦੇਹੀ ਗੁਰੂ ਕੇ ਪਿਆਰਿਓ, ਜੇਕਰ ਇਹਦਾ ਪਤਾ ਲੱਗੇ ਵੀ ਮੈਂ ਪਰਮਾਤਮਾ ਨੂੰ ਮਿਲਣਾ, ਉਸੇ ਵਕਤ ਹੀ ਸਾਡੀ ਜ਼ਿੰਦਗੀ ਦਾ ਤੌਰ ਤਰੀਕਾ ਤਬਦੀਲ ਹੋ ਜਾਏਗਾ, ਸਾਡੇ ਜਿਉਣ ਦਾ ਢੰਗ ਬਦਲ ਜਾਏਗਾ, ਸੋਚਣ ਦਾ ਢੰਗ ਬਦਲ ਜਾਏਗਾ, ਘਰਾਂ 'ਚ ਰਹਿਣ ਦਾ ਢੰਗ ਬਦਲ ਜਾਏਗਾ, ਲੋਕਾਂ ਨਾਲ ਵਿਵਹਾਰ ਜਿਹੜਾ ਕਰਦੇ ਹਾਂ ਉਹ ਬਦਲ ਜਾਏਗਾ, ਸਭੋ ਕੁਝ। ਜਿਸ ਦਿਨ ਇਹ ਪਤਾ ਲੱਗ ਗਿਆ ਵੀ ਮੈਂ ਇਸ ਜਨਮ ਵਿੱਚ ਪਰਮਾਤਮਾ ਨੂੰ ਮਿਲਣਾ ਹੈ ਅਤੇ ਮਿਲਣ ਲਈ ਮੇਰਾ ਕੰਮ ਕਿੰਨਾ ਪਿਆ ਹੈ, ਅੱਜ ਮੇਰੇ ਸਤਿਗੁਰੂ ਜੀ ਨੇ ਸ਼ੁਰੂਆਤ ਇੱਥੋਂ ਕੀਤੀ ਹੈ। ਇੱਕ ਤਾਂ ਸਾਧੂ, ਸਾਧੂ ਇੱਥੇ ਉਹਨਾਂ ਨੂੰ ਨਹੀਂ ਵਰਤਿਆ ਜਿਨ੍ਹਾਂ ਨੇ ਕੋਈ ਖਾਸ ਤਰ੍ਹਾਂ ਦੇ ਕੱਪੜੇ ਪਾਏ ਹੋਣ,
ਜਿਵੇਂ ਸਮਾਜ ਨੇ ਵੱਖ ਵੱਖ ਸਾਧੂ ਮੰਨੇ ਹਨ, ਇਹ ਹਿੰਦੂ ਧਰਮ ਦੇ ਸਾਧੂ ਹੈ, ਯੋਗੀਆਂ ਦੇ ਸਾਧੂ ਹੈ, ਸਿੱਖਾਂ ਦੇ, ਈਸਾਈਆਂ ਦੇ ਨਹੀਂ। ਸਤਿਗੁਰੂ ਜਿਸ ਤਰ੍ਹਾਂ ਦੀ ਵੰਡ ਪਾਉਂਦੇ ਨੇ, ਹਰੇਕ ਇਨਸਾਨ ਲਈ ਇਹ ਬਚਨ ਹਨ ਸਤਿਗੁਰਾਂ ਦੇ। ਸਾਰਿਆਂ ਦਾ ਭਲਾ ਮੰਗਦੇ ਸਤਿਗੁਰੂ, ਸਾਰਿਆਂ ਲਈ ਸਤਿਗੁਰੂ ਜੀ ਆਏ ਨੇ, ਕਿਸੇ ਖਾਸ ਜਾਤੀ ਵਾਸਤੇ ਨਹੀਂ। ਤੋ ਸਾਧੂ ਦਾ ਮਤਲਬ ਹੈ ਸਾਧਨਾ ਕਰਨ ਲਈ ਆਏ ਹਾਂ, ਜਿੱਥੇ ਅਸੀਂ ਗੁਜਰਾਨ ਕਰਨੀ ਉੱਥੇ ਸਾਧਨਾ ਕਰਨੀ ਹੈ। ਸਾਧਨਾ ਕਰਕੇ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ? ਸਤਿਗੁਰੂ ਜੀ ਆਪ ਦੱਸਦੇ ਨੇ, ਤਿੰਨ ਜਗ ਤੱਤ ਪਛਾਣਾ, ਤੱਤ ਦੀ ਪਛਾਣ ਕੇ ਅਕਾਲ ਪੁਰਖ ਵਾਹਿਗੁਰੂ ਖੋਜੈ, ਪਦ ਨਿਰਵਾਣਾ, ਨਿਰਵਾਣ ਪਦ ਦੀ ਪ੍ਰਾਪਤੀ, ਜਿੱਥੇ ਖੁਦ ਕਿਸੇ ਪ੍ਰਕਾਰ ਦੀ ਇੱਛਾ ਨਹੀਂ, ਉਹ ਖੁਦ ਨਿਰੰਕਾਰ ਹੋਵੇ। ਪਰ ਸਤਿਗੁਰੂ ਕਹਿੰਦੇ ਕੋਈ ਵਿਰਲਾ ਗੁਰੂ ਦੇ ਸਨਮੁਖ ਹੋ ਕੇ ਇਸ ਗੱਲ ਨੂੰ ਜਾਣਦਾ, ਇਹ ਖੇਲ ਔਖੀ ਸਤਿਗੁਰੂ ਦੱਸਦੇ। ਤੋ ਸਭ ਤੋਂ ਪਹਿਲਾਂ ਗੁਰੂ ਕੇ ਪਿਆਰਿਓ, ਜਰਾ ਇਸ ਗੱਲ 'ਤੇ ਫਿਰ ਗੌਰ ਕਰੀਏ, ਕਿਉਂਕਿ ਇਹ ਸ਼ਬਦ ਦਾ ਹੁਣ ਅਸੀਂ ਗੁਰਬਾਣੀ ਨੂੰ ਵਿਚਾਰ ਰਹੇ ਹਾਂ। ਵੇਖੀਏ, ਇੱਕ ਤਾਂ ਉਹ ਲੋਕ ਨੇ ਜਿਹੜੇ ਜ਼ਿੰਦਗੀ ਭਰ ਆਪਣੇ ਮਨ ਦੀ ਮਰਜ਼ੀ ਨਾਲ ਜਿਉਂਦੇ ਨੇ, ਉਹਨਾਂ ਨੂੰ ਪਾਠ ਦੀ, ਸੇਵਾ ਦੀ, ਸਿਮਰਨ ਦੀ, ਅੰਮ੍ਰਿਤ ਦੀ ਲੋੜ ਨਹੀਂ ਮਹਿਸੂਸ ਹੁੰਦੀ, ਉਹਨਾਂ ਦੇ ਜੀਵਨ ਵਿੱਚ ਇਹ ਕੋਈ ਖਾਸ ਮਹੱਤਵ ਨਹੀਂ ਜਾਂ ਜ਼ਰੂਰੀ ਪਾਰਟ ਨਹੀਂ। ਪਰ ਦੂਸਰੀਆਂ ਉਹ ਰੂਹਾਂ ਨੇ ਜਿਹੜੀਆਂ ਗੁਰੂ ਕੇ ਪਿਆਰਿਓ ਅੰਮ੍ਰਿਤ ਦੀ ਦਾਤ ਲੈ ਲੈਂਦੀਆਂ, ਨਿਤਨੇਮ ਖੋ ਰਿਹਾ ਹੈ, ਥੋੜ੍ਹਾ ਬਹੁਤਾ ਸਿਮਰਨ ਵੀ ਖੋ ਰਿਹਾ, ਸੰਗਤ ਖੋ ਰਹੀ ਹੈ, ਪਰ ਉਹ ਜ਼ਿੰਦਗੀ ਲੰਘ ਜਾਂਦੀ ਹੈ, ਜ਼ਿੰਦਗੀ ਦੇ ਅੰਤਲੇ ਪਲਾਂ ਤੱਕ ਸੁਭਾਅ ਉਸੇ ਤਰ੍ਹਾਂ ਹੀ, ਸੁਰਤੀ ਉੱਥੇ ਹੀ ਖੜੀ ਰਹੀ। ਉਹ ਖੁਦ ਹੈਰਾਨ ਨੇ ਵੀ ਮਹਾਰਾਜ ਜੀ ਦੇ ਘਰ ਨਾਲ ਜੁੜੇ ਵੀ ਕੋਈ ਬਹੁਤਾ ਫਰਕ ਨਹੀਂ, ਇੰਨਾ ਕੋ ਭਰੋਸਾ ਜਿਹਾ ਹੈ ਭਈ ਚਲੋ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਦਿੱਤੀ ਸਾਨੂੰ, ਇਹ ਬਹੁਤ ਵੱਡੀ ਸਾਡੇ 'ਤੇ ਕਿਰਪਾ ਹੈ, ਹੈ ਵੀ ਬੜੀ ਕਿਰਪਾ। ਪਰ ਗੁਰੂ ਕੇ ਪਿਆਰਿਓ ਨਿਸ਼ਾਨਾ ਨਹੀਂ ਕੋਈ, ਇਹ ਸਾਰਾ ਕੁਝ ਕਰ ਲਿਆ, ਪਰ ਨਿਸ਼ਾਨਾ ਬਣਾਉਣਾ ਸੀ ਪਰਮਾਤਮਾ ਨੂੰ ਮਿਲਣ ਦਾ। ਉਹ ਨਿਸ਼ਾਨਾ ਇਹ ਕੁਝ ਕਰਨ ਵਾਲਿਆਂ ਦਾ ਵੀ ਨਹੀਂ ਬਣਦਾ, ਉਹਨਾਂ ਦੀ ਬਸ ਇੱਥੇ ਕਹਾਣੀ ਮੁੱਕ ਜਾਂਦੀ ਹੈ। ਨਿਤਨੇਮ ਕਰ ਲਿਆ, ਸਾਡਾ ਕੰਮ ਪੂਰਾ ਹੈ, ਮਹਾਰਾਜ ਜੀ ਨੂੰ ਨਮਸਕਾਰ ਕੀਤੇ, ਸਾਡਾ ਕਾਰਜ ਪੂਰਾ ਹੈ। ਜਿਸ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਨੇ ਤਾਂ ਕਦੇ ਕਿਹਾ ਨਹੀਂ ਕਾਰਜ ਪੂਰਾ ਹੈ ਤੇਰਾ, ਉਹ ਤਾਂ ਕਹਿੰਦੇ ਦੇਖ ਸਭ ਤੋਂ ਪਹਿਲਾਂ ਅੰਦਰੋਂ ਮਾਣ ਤਿਆਗ, ਹੰਕਾਰ ਤਿਆਗ। ਜੀ ਕਿਉਂ ਤਿਆਗਾਂ ਮੈਂ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਸਾਨੂੰ ਮਿਲਣਾ ਚਾਹੁੰਦਾ ਹੈ ਨਾ, ਅਤੇ ਫਿਰ ਤੈਨੂੰ ਦੱਸਦੇ ਹਾਂ ਵੀ ਤੈਨੂੰ ਕਿਹੜੀਆਂ ਚੀਜ਼ਾਂ ਤਿਆਗਣੀਆਂ ਪੈਣੀਆਂ ਅਤੇ ਕਿਹੜੀਆਂ ਤੂੰ ਹੋਰ ਧਾਰਨ ਕਰਨੀਆਂ ਨੇ। ਪਰ ਗੁਰੂ ਕੇ ਪਿਆਰਿਓ, ਜਦੋਂ ਨਿਸ਼ਾਨਾ ਨਹੀਂ, ਅਸੀਂ ਜਿਉਂਦੇ ਹਾਂ ਪਰ ਨਿਸ਼ਾਨਾ ਕੋਈ ਨਹੀਂ, ਕਿੰਨੀ ਖਾਸ ਹੋਣੀ ਗੱਲ ਹੈ। ਬੰਦਾ ਘਰੋਂ ਨਿਕਲੇ, ਸੜਕ 'ਤੇ ਤੁਰ ਪਵੇ, ਤੁਰਿਆ ਉਹਨੂੰ ਕੋਈ ਪੁੱਛੇ ਕਿੱਥੇ ਚੱਲਿਆ, ਉਹ ਕਵੇ ਮੈਨੂੰ ਖੁਦ ਨਹੀਂ ਪਤਾ ਮੈਂ ਕਿੱਥੇ ਜਾ ਰਿਹਾ ਵਾਂ। ਉਹ ਸਾਰਾ ਦਿਨ ਸੜਕਾਂ 'ਤੇ ਤੁਰਿਆ, ਉਹਦਾ ਕਿਸੇ ਕੰਮ ਹੈ? ਉਹ ਤਾਂ ਉਹਦੇ ਤੋਂ ਕੋਲ 'ਤੇ 10-12 ਘੰਟੇ ਨੇ। ਅਤੇ ਜਿਹੜਾ ਬੰਦਾ ਕੋਈ 80-90-100 ਸਾਲ ਇਸ ਜ਼ਿੰਦਗੀ ਦੀਆਂ ਸੜਕਾਂ 'ਤੇ ਤੁਰੇ, ਤਾਂ ਉਹਨੂੰ ਪਤਾ ਹੀ ਨਾ ਹੋਵੇ ਕਿੱਧਰ ਜਾਣਾ ਹੈ, ਐਵੇਂ ਤੁਰ ਕੇ ਜਾਏਗਾ ਨਾ, ਜ਼ਿੰਦਗੀ ਬਰਬਾਦ ਹੈ। ਸਤਿਗੁਰੂ ਜੀ ਕਿਰਪਾ ਕਰਦੇ ਕਹਿੰਦੇ ਸਭ ਤੋਂ ਪਹਿਲਾਂ ਨਿਸ਼ਾਨਾ ਮਿਥੀਏ ਵੀ ਮੈਂ ਉਸ ਪਰਮਾਤਮਾ ਨੂੰ ਮਿਲਣਾ ਹੈ। ਜੇ ਨਾ ਮਿਥਾਂਗੇ ਤਾਂ ਸਾਡੀ ਹਾਲਤ ਉਸ ਤੇਲੀ ਦੇ ਬਲਦ ਵਾਲੀ ਹੋਏਗੀ। ਤੇਲੀ ਨੇ ਕੋਹਲੂ ਅਤੇ ਬਲਦ ਨੂੰ ਜੋਇਆ, ਉਹਨੇ ਸਾਰਾ ਦਿਨ ਕੋਹਲੂ ਨੂੰ ਗੇੜਨਾ ਹੁੰਦਾ ਹੈ, ਉਹ ਕੀ ਕਰਦਾ ਹੈ, ਉਸ ਬਲਦ ਦੇ ਅੱਖਾਂ ਦੇ ਉੱਪਰ ਖੋਪੇ ਬੰਨ ਦਿੰਦਾ, ਢੱਕ ਦਿੰਦਾ ਹੈ, ਤਾਂ ਉਸ ਨੂੰ ਪਿੱਛੋਂ ਹੱਕਦਾ ਹੈ, ਕਈ ਵਾਰਾਂ ਗੱਲ 'ਚ ਟੱਲੀ ਪਾ ਦਿੰਦਾ ਹੈ ਤਾਂ ਕਿ ਤੁਰੇਗਾ, ਟੱਲੀ ਖਿੱਲੇਗੀ, ਉਹਨੂੰ ਲੱਗੇਗਾ ਮੈਨੂੰ ਕੋਈ ਪਿੱਛੇ ਹੱਕਣ ਵਾਲਾ ਆ ਰਿਹਾ ਅਤੇ ਆਦਮੀ ਪਰਾਂ ਜਾ ਕੇ ਆਰਾਮ ਕਰ ਲੈਂਦਾ। ਖੈਰ ਭਾਵੇਂ ਉਹ ਜਿਸ ਤਰ੍ਹਾਂ ਵੀ ਹੋਵੇ, ਜੇ ਤੇਲੀ ਦਾ ਬਲਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਹਲੂ ਦੇ ਦੁਆਲੇ ਘੁੰਮੀ ਜਾਵੇ ਘੁੰਮੀ ਜਾਵੇ, ਸ਼ਾਮ ਪਈ ਅਤੇ ਸੋਚੇ ਜਦੋਂ ਉਹਦੀ ਅੱਖਾਂ ਤੋਂ ਖੋਪਾ ਲਾਇਆ, ਉਹ ਤਾਂ ਸੋਚਦਾ ਹੈਗਾ ਸਵੇਰੇ ਤੁਰਿਆ ਸਾਂ, ਸ਼ਾਮ ਪੈ ਗਈ, ਮੈਂ ਤੇਲੀ ਤੋਂ ਬਹੁਤ ਕੋ ਦੂਰ ਚਲਾ ਗਿਆ ਹੋਵਾਂਗਾ।
ਹੈਰਾਨ ਹੁੰਦਾ ਜਿੱਥੇ ਸਵੇਰੇ ਖੜਾ ਸੀ ਸ਼ਾਮ ਨੂੰ ਵੀ ਉੱਥੇ ਹੀ ਖਲੋਤਾ ਵਾਂ, ਕਿਧਰੇ ਨਹੀਂ ਪਹੁੰਚਿਆ ਮੈਂ। ਬੰਦਾ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਚਲਾ ਜਾਂਦਾ ਖੜਾ ਉੱਥੇ ਦਾ ਉੱਥੇ ਹੋਵੇ। ਬੱਚਾ ਸੀ ਅਤੇ ਮਾਪੇ ਸਾਂਭਦੇ, ਬੁੱਢਾ ਹੋਇਆ ਅਤੇ ਬੱਚੇ ਨੂੰ ਸਾਂਭਦੇ, ਉਦੋਂ ਵੀ ਇਹਦੇ ਕੋਲ ਕੁਝ ਨਹੀਂ ਸੀ, ਹੁਣ ਵੀ ਕੁਝ ਨਹੀਂ ਹੈ। ਉਦੋਂ ਘੱਟੋ ਘੱਟ ਆਉਣ ਵਾਲੇ ਸਮੇਂ ਦੇ ਸੁਪਨੇ ਸਨ ਜਿਨ੍ਹਾਂ ਨੂੰ ਵੇਖ ਕੇ ਹੱਸ ਖੇਡ ਲੈਂਦਾ ਸੀ। ਬੁਢਾਪੇ ਵਿੱਚ ਉਹ ਵੀ ਸਾਰੇ ਮੁੱਕ ਗਏ, ਦੁਨੀਆ ਵੇਖ ਲਈ, ਕਹਿੰਦਾ ਕੁਝ ਵੀ ਨਹੀਂ ਕਹਿ, ਉਦਾਸ ਕਹਿ। ਭਾਈ ਸਾਹਿਬ ਕਹਿੰਦੇ, ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ, ਨੈਣ ਉਗਰ ਤਵਾਹੀ ਠੌਰ ਕੇ ਠਿਕਾਨੋ ਕਹਿ। ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਕਹਿੰਦੇ ਸਵੇਰੇ ਜਿੱਥੇ ਖੜਾ ਸੀ ਸ਼ਾਮ ਨੂੰ ਵੀ ਉੱਥੇ ਹੀ ਹੈ। ਬੰਦਾ ਬਗੈਰ ਜ਼ਿੰਦਗੀ ਦਾ ਨਿਸ਼ਾਨਾ ਮਿੱਥਿਆ ਉੱਥੇ ਹੀ ਖੜਾ। ਅਤੇ ਅਸੀਂ ਖਾਸ ਕਰਕੇ ਵੇਖੀਏ, ਜਿਸ ਦਿਨ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਤੁਰੇ ਸਾਂ, ਕੀ ਕਈ ਸਾਲਾਂ ਬਾਅਦ ਵੀ ਉੱਥੇ ਹੀ ਖਲੋਤੇ ਹਾਂ ਕਿ ਅੰਦਰ ਕੁਛ ਤਬਦੀਲ ਹੋਇਆ ਹੈ। ਰੋਜ਼ ਆਨੰਦ ਸਾਹਿਬ ਪੜ੍ਹਦੇ ਸਾਂ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਕਿ ਅੰਦਰੋਂ ਸਤਿਗੁਰੂ ਜੀ ਦੇ ਪ੍ਰਕਾਸ਼ ਰੂਪ 'ਚ ਦਰਸ਼ਨ ਹੋਏ। ਕੀ ਉਹ ਆਨੰਦ ਦੀ ਅਵਸਥਾ ਬਣੀ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਉਹ ਸਹਿਜ ਅੰਦਰ ਆਇਆ। ਪੜ੍ਹਦੇ ਸਾਂ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਇਹ ਝਾਤ ਮਾਰਨੀ ਸੀ ਵੀ ਮੈਂ ਰੱਬ ਜੀ ਦੇ ਨਾਲ ਪਲ ਮੇਰੀ ਸੁਰਤੀ ਰਹਿੰਦੀ। ਵਾਜੇ ਪੰਚਬਤ ਤਿਤ ਘਰ ਸੁਭਾਗੈ, ਗੁਰੂ ਅਮਰਦਾਸ ਪਿਤਾ ਜੀ ਦਾ ਬਚਨ ਰੋਜ਼ ਪੜ੍ਹਦੇ ਸਾਂ ਨਿਤਨੇ ਮੰਦਰ, ਵੀ ਆਹ ਵੇਖੋ ਜੀ, ਬਈ ਅੰਦਰ ਪੰਜ ਸ਼ਬਦਾਂ ਦੀ ਤੈਨੂੰ ਆਵਾਜ਼ ਆਏਗੀ ਜਦੋਂ ਤੂੰ ਸਿਮਰਨ ਕਰੇਗਾ, ਧਿਆਨ ਜੋੜੇਗਾ। ਨਹੀਂ ਆਈ ਤਾਂ ਅਗਰ ਉਹ ਬੈਲ ਵਰਗੀ ਖਾਲਤ ਕੋਈ ਉੱਥੇ ਖਲੋਤੇ ਰਹੇ, ਤੁਰੇ ਹਾਂ ਪਰ ਤੁਰੇ ਇੱਕ ਜਗ੍ਹਾ 'ਤੇ ਘੁੰਮ ਰਹੇ ਹਾਂ। ਤੁਰਨ ਦਾ ਸਵਾਲ ਨਹੀਂ, ਸਵਾਲ ਇਹ ਪਾਠ ਕਰਨ ਦਾ ਨਹੀਂ, ਕਾਹਦੇ ਲਈ ਕਰਨਾ। ਜਦੋਂ ਇਹ ਨਿਸ਼ਾਨਾ ਹੋਏਗਾ ਨਾ, ਫਿਰ ਵੇਖਾਂਗੇ ਵੀ ਅੰਦਰੋਂ ਕਿਹੜੀ ਚੀਜ਼ ਤਿਆਗਣੀ ਅਤੇ ਕਿਹੜੀ ਰੱਖਣੀ। ਉਹ ਮੈਂ ਬੇਨਤੀ ਕਰਦਾ ਨਾਮੇ ਸਤਿਗੁਰਾਂ ਦੇ ਬਚਨ 'ਚ ਜਰਾ। ਭਾਈ ਗੁਰਦਾਸ ਸਾਹਿਬ ਨੇ ਕਿੱਡੇ ਸੋਹਣੇ ਢੰਗ ਨਾਲ ਇਸ ਗੱਲ ਨੂੰ ਖੋਲ੍ਹਿਆ। ਕਹਿੰਦੇ, ਜਿਵੇਂ ਨਾ ਕਿਸੇ ਮਨੁੱਖ ਦੀਆਂ ਅੱਖਾਂ ਤੋਂ ਉਹਨੂੰ ਦਿਸਦਾ ਨਾ ਹੋਵੇ ਅਤੇ ਉਹ ਆਪਣੇ ਹੱਥ ਵਿੱਚ ਲੈ ਕੇ ਰੱਸਾ ਵੱਟ ਰਿਹਾ ਹੋਵੇ, ਸਾਣ ਦਾ ਜਾਂ ਘਾਹ ਆਦਿਕ ਦੇ ਵੱਟੇ ਜਾਂਦੇ ਸਨ, ਉਹਨੂੰ ਦਿਸਦਾ ਨਹੀਂ। ਕੋਲ ਸੀ ਕੋ ਵੱਛਾ, ਉਹਨੇ ਜਦੋਂ ਇਹਨੇ ਵੱਟੀ ਜਾਣਾ, ਸੁੱਟਣਾ ਪਰਾਂ ਨੂੰ, ਉਹ ਖਾਈ ਗਿਆ। ਇਹਨੇ ਸੋਚਿਆ, ਮੈਂ ਰੱਸਾ ਬਹੁਤ ਲੰਬਾ ਵੱਟ ਲਿਆ ਹੋਏਗਾ। ਜੈਸੇ ਜੇਵਰੀ ਵੱਟਤ ਆਂਦਰੋ ਅਚਿੰਤ ਚਿੰਤ, ਖਾਤ ਜਾਤ ਬਛਰੋ ਟਟੋਰੇ ਪਛਤਾਨੋ ਖੈ। ਉਹ ਕੋਲ ਵੱਛਾ ਕੋਈ ਪਸ਼ੂ ਖਾਈ ਗਿਆ, ਇਹ ਵਿਚਾਰੇ ਨੂੰ ਦਿਸਦਾ ਨਹੀਂ ਸੀ। ਜਦੋਂ ਸ਼ਾਮਾਂ ਪਈਆਂ ਅਤੇ ਇਹਨੇ ਵੇਖਿਆ ਰੱਸੀ ਵਾਹਵਾ ਵੱਟੀ ਗਈ ਹੋਣੀ ਅਤੇ ਹੱਥ ਵਿੱਚ ਕੁਝ ਵੀ ਨਾ ਆਇਆ। ਬੰਦਾ ਸਾਰੀ ਜ਼ਿੰਦਗੀ ਪੈਸੇ ਟਕੇ ਨੂੰ ਸਭੋ ਕੁਝ ਖੱਤ ਪਾਉਂਦਾ, ਅੰਤ ਨੂੰ ਖਾਲੀ ਦਾ ਖਾਲੀ ਫਿਰ ਰਹਿ ਜਾਂਦਾ, ਪੱਲੇ ਕੁਛ ਵੀ ਨਾ ਪਿਆ। ਫਿਰ ਤੀਸਰਾ ਬਚਨ ਕੀਤਾ, ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਪੇ ਮ੍ਰਿਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਪਰਮ ਪ੍ਰਮਤ ਹੈਰਾਨੋ ਹੈ। ਤ੍ਰਿਖਾਵੰਤ ਮ੍ਰਿਗ ਜਿਹੜਾ ਹੈ ਨਾ, ਰੇਤਲੇ ਇਲਾਕੇ ਵਿੱਚ ਜਾਂਦਾ, ਪਾਣੀ ਦਾ ਪਿਆਸਾ ਹੈ। ਜਦੋਂ ਸੂਰਜ ਦੀਆਂ ਕਿਰਨਾਂ ਉਸ ਰੇਤੇ 'ਤੇ ਪੈਂਦੀਆਂ ਤਾਂ ਲੱਗਦਾ ਦੂਰ ਪਾਣੀ ਹੈ। ਤੁਸੀਂ ਵੇਖੋਗੇ ਨਾ, ਹੁਣ ਵੀ ਕਈ ਵਾਰ ਸੜਕਾਂ 'ਤੇ ਗਰਮੀਆਂ ਨੂੰ ਦੂਰੋਂ ਸੜਕ ਚਮਕਦੀ ਜਿਵੇਂ ਪਾਣੀ ਖੜਾ, ਨੇੜੇ ਜਾਈਏ ਤਾਂ ਕੁਛ ਵੀ ਨਹੀਂ। ਉਹ ਕਰਨ ਉਹਨੂੰ ਪਾਣੀ ਸਮਝ ਕੇ ਦੌੜੀ ਜਾਂਦਾ ਹੈ, ਪਰ ਜਦੋਂ ਪਹੁੰਚਦਾ ਹੈ ਤਾਂ ਨਾ ਪਾਣੀ ਮਿਲਿਆ ਨਾ ਸ਼ਾਂਤੀ ਮਿਲੀ, ਭਟਕਦਾ ਵਿਚਾਰਾ ਰਹਿ ਗਿਆ। ਅਸੀਂ ਜ਼ਿੰਦਗੀ ਭਰ ਸੁਪਨੇ ਲੈਂਦੇ ਹਾਂ ਭਈ ਸੁੱਖ ਮਿਲੇਗਾ ਇੰਨਾ ਕੁ ਘਰ ਪੈਸਾ ਟਕਾ 'ਚੋਂ। ਉਹ ਸੁਪਨੇ, ਉਹ ਤ੍ਰਿਖਾ ਜਿਸ ਤਰ੍ਹਾਂ ਉਹ ਹਰ ਨਾਲ ਖੋਇਆ, ਇਸੇ ਤਰ੍ਹਾਂ ਸਾਡੇ ਨਾਲ ਕੋਈ ਸਭੋ ਕੁਝ ਵੀ ਪ੍ਰਾਪਤ ਹੋ ਜਾਵੇ। ਸਤਿਗੁਰਾਂ ਦਾ ਬਚਨ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਰਾਜ ਮਿਲ ਜਾਏ ਉਹ ਚੀਜ਼ਾਂ ਤਾਂ ਹੀ ਬੰਦਾ ਅਸ਼ਾਂਤ ਹੈ। ਤੈਸੇ ਸੁਪਨੰਤਰ ਦੇ ਸੰਤਰ ਵਿਖਾਏ ਗਈ, ਸੁਪਨੇ ਲੈਂਦਿਆਂ ਹੀ ਸਾਰੀ ਜ਼ਿੰਦਗੀ ਲੰਘ ਗਈ। ਪਹੁੰਚ ਨਾ ਸਕਿਓ ਤਾਂ ਜਹਾਂ ਮੋਹੇ ਜਾਨੋ ਕਹਿ, ਜਿੱਥੇ ਪਹੁੰਚਣਾ ਸੀ ਉੱਥੇ ਗਏ ਹੀ ਨਾ। ਗੁਰੂ ਕੇ ਪਿਆਰਿਓ, ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਸਮਝਾਉਂਦੇ ਨੇ, ਬਚਨ ਕਰਦੇ ਨੇ ਗਰੀਬ ਅਨੁਵਾਦ ਪਿਤਾ ਮਹਾਰਾਜ। ਆਓ ਤੁਹਾਨੂੰ ਜਾਚਾਂ ਦੱਸੀਏ, ਇਹ ਜੀਵਨ ਨੂੰ
ਐਵੇਂ ਤੇਲੀ ਦੇ ਬਲਦ ਵਾਂਗੂ ਘੁਮਾਓ ਨਾ, ਉਸ ਅੰਧੇ ਮਨੁੱਖ ਦੀ ਤਰ੍ਹਾਂ ਵੱਟੋ ਨਾ। ਵੇਖੋ ਵਟਰਿਆਂ ਕੋ ਨਾਲ ਨਾਲ ਖਾਈ ਤਾਂ ਨਹੀਂ ਜਾ ਰਿਹਾ। ਉਸ ਮ੍ਰਿਗ ਵਾਂਗੂ ਨਾ ਦੌੜੀਏ ਜਿਹੜਾ ਵੈਸੇ ਹੀ ਰੇਤੇ ਨੂੰ ਪਾਣੀ ਸਮਝ ਰਿਹਾ ਸੀ। ਸਾਡੀ ਜ਼ਿੰਦਗੀ ਦਾ ਨਿਸ਼ਾਨਾ ਹੈ ਪਰਮਾਤਮਾ ਨੂੰ ਮਿਲਣਾ, ਅਤੇ ਉਹਦੇ ਮਿਲਣ ਲਈ ਇਹ ਖੇਲ ਕਠਨ ਨੇ। ਕਿਉਂ? ਕਿਉਂਕਿ ਇਹ ਆਪਣੇ ਆਪ ਨੂੰ ਸਾਧਨ ਦਾ ਇਹ ਰਸਤਾ ਹੈ। ਹੁਣ ਅਸੀਂ ਜਾਂਦੇ ਹਾਂ ਆਪਣੇ ਆਪ ਨੂੰ ਕੁਛ ਨਹੀਂ ਕਹਿਣਾ, ਦੂਜਿਆਂ ਨੂੰ ਕਹਿਣਾ ਤੁਸੀਂ ਚੰਗੇ ਬਣੋ, ਦੂਜਿਆਂ ਨੂੰ ਕਹਿਣਾ ਤੁਹਾਨੂੰ ਇਸ ਤਰ੍ਹਾਂ ਦਾ ਜੀਵਨ ਚਾਹੀਦਾ ਸੀ। ਸਤਿਗੁਰੂ ਜੀ ਕਹਿੰਦੇ ਨਹੀਂ, ਜਿਹਨੂੰ ਜ਼ਿੰਦਗੀ ਜਿਉਣ ਦੀ ਸਮਝ ਆ ਗਈ ਉਹ ਆਪਣੇ ਵੱਲ, ਤੁਸੀਂ ਵੇਖੋਗੇ ਨਾਵੇਂ ਸਤਿਗੁਰੂ ਜਾਂ ਮਨ ਨੂੰ ਸੰਬੋਧਨ ਕਰਦੇ ਜਾਂ ਸਾਧੂ ਸ਼ਬਦ ਵਰਤਦੇ ਨੇ। ਹੁਣ ਇੱਥੇ ਅੱਜ ਸਾਧੋ ਕਹਿ ਤਾਂ ਦੇਹ ਨੂੰ ਹੋੜ ਆਏ, ਸਾਧੋ ਭਾਵ ਬਹੁਤਿਆਂ ਨੂੰ ਕਹਿ ਰਹੇ ਮਨ ਕਾ ਮਾਨ ਤਿਆਗੋ। ਕਹਿੰਦੇ ਆਪਣੇ ਮਨ 'ਚੋਂ ਨਾ ਅਹੰਕਾਰ ਛੱਡ ਦਿਓ, ਜੇ ਸਾਨੂੰ ਮਿਲਣਾ ਜੇ ਇਹਨੂੰ ਛੱਡਣਾ ਸਭ ਤੋਂ ਔਖਾ ਹੈ। ਸਤਿਗੁਰੂ ਜੀ ਕਹਿੰਦੇ ਬੰਦਾ ਪੈਸਾ ਵੀ ਕਈ ਵਾਰ ਤਿਆਗ ਦਿੰਦਾ ਹੈ, ਸ਼ੋਹਰਤਾਂ ਵੀ ਛੱਡ ਸਕਦਾ ਹੈ, ਪਰਿਵਾਰਾਂ ਨੂੰ ਵੀ ਤਿਆਗ ਦਿੰਦਾ ਹੈ, ਬਹੁਤ ਕੁਝ ਬਾਹਰੋਂ ਪਦਾਰਥ, ਪਰ ਮਾਣ ਨਹੀਂ ਛੱਡਦਾ। ਮਾਣ ਤਾਂ ਗੁਰੂ ਕੇ ਪਿਆਰਿਓ ਇਹਦੇ ਨਾਲ ਹੀ ਨਿਭਦਾ। ਮਾਣ ਹੋਮੇ ਹੈ ਕੀ ਹੈ, ਬੰਦਾ ਪਰਮਾਤਮਾ ਤੋਂ ਆਪਣੇ ਆਪ ਨੂੰ ਵੱਖਰੀ ਹੋਣ ਆਪਣੀ ਹਸਤੀ ਬਣਾ ਕੇ ਬੈਠਾ ਹੈ, ਵੱਖਰਾ ਹੋਣ ਕਰਕੇ ਮਾਣ ਕਰਦਾ ਮੇਰੇ ਕੋਲ ਇੰਨਾ ਕੁਝ ਹੈ, ਮੈਂ ਆਹ ਕੁਝ ਕਰ ਸਕਦਾ ਵਾਂ। ਇਹ ਜਿਹੜਾ ਰੱਬ ਦਾ ਰਸਤਾ ਹੈ ਨਾ, ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਮਾਣ ਤਿਆਗਣਾ ਪੈਂਦਾ। ਦੁਨੀਆ 'ਚ ਅਸੀਂ ਮਾਣ ਬਣਾਉਣ ਲਈ ਯਤਨ ਕਰਦੇ ਹਾਂ, ਇੱਧਰ ਮਾਣ ਗਵਾਉਣਾ ਪੈਂਦਾ ਹੈ। ਤਾਂ ਹੀ ਤਾਂ ਇਹਨੂੰ ਖੇਲ ਕਠਨ ਕਿਹਾ ਗਿਆ ਹੈ। ਜਿੱਧਰ ਸਾਰੀ ਦੁਨੀਆ ਤੁਰਦੀ ਉੱਧਰ ਤੁਰਨਾ ਹੋਵੇ ਬਹੁਤ ਸੌਖਾ ਹੈ, ਉਹਦੇ ਉਲਟ ਤੁਰਨਾ ਦੁਨੀਆ ਬਾਹਰਮੁਖੀ ਹੋ ਕੇ ਤੁਰਦੀ। ਸਾਨੂੰ ਗੁਰਬਾਣੀ ਅੰਤਰਮੁਖੀ ਹੋ ਕੇ ਤੁਰਦੇ ਵੀ ਅੰਦਰ ਨੂੰ ਸੁਰਤੀ ਕਰੋ ਅਤੇ ਤੁਰੋ। ਤੋ ਸਭ ਤੋਂ ਪਹਿਲਾਂ ਸਤਿਗੁਰੂ ਸਾਡੀ ਖੋਮੇ 'ਤੇ ਸੱਟ ਮਾਰਦੇ ਨੇ, ਕਹਿੰਦੇ ਨੇ ਇਹਨੂੰ ਤਿਆਗ, ਬਿਲਕੁਲ ਖਾਲੀ ਹੋ ਕੇ ਇਸ ਰਾਹ 'ਤੇ ਤੁਰ। ਕਈ ਵਾਰ ਵੇਖਦੇ ਹਾਂ ਨਾ ਆਪਾਂ ਕੀ ਕਰਦੇ ਹਾਂ ਪਿਆਰਿਓ, ਖਾਸ ਕਰ ਕਿਉਂਕਿ ਜਿਹੜੇ ਸਾਧਨਾ ਵਿੱਚ ਲੱਗੇ ਨੇ ਆਪਾਂ ਨੂੰ ਉਹਨਾਂ ਨੂੰ ਵੱਧ ਫਿਕਰ ਚਾਹੀਦਾ ਹੈ। ਕਈ ਵਾਰ ਸਾਡਾ ਅੰਦਰ ਇਸੇ ਗੱਲ ਦਾ ਹੀ ਮਾਣ ਕਰਦਾ, ਹੁਣ ਆਪਾਂ ਤਾਂ ਅੰਮ੍ਰਿਤਧਾਰੀ ਹਾਂ, ਦੂਜੇ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਆਪਣੇ ਤੋਂ ਥੋੜ੍ਹਾ ਨੀਵਾਂ ਸਮਝਣਾ, ਉਹਨਾਂ ਦੇ ਹੱਥ ਲੱਗ ਗਏ ਕੁਝ ਖਾਣਾ ਪੀਣਾ ਨਹੀਂ, ਉਹਨਾਂ ਨੂੰ ਥੋੜ੍ਹਾ ਪਰੇ ਬਿਠਾਉਣਾ। ਸਤਿਗੁਰੂ ਕਹਿੰਦੇ ਤਾਂ ਉਲਟਾ ਮਾਣ ਤੈਨੂੰ ਆ ਗਿਆ, ਨੁਕਸਾਨ ਹੋ ਗਿਆ। ਮੈਂ ਬੇਨਤੀ ਕਰਾਂ ਜਿਸ ਤਰ੍ਹਾਂ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਜਾਂ ਗੁਰਸਿੱਖੀ ਦੇ ਰਾਹ 'ਤੇ ਤੁਰਨ ਤੋਂ ਬਾਅਦ ਪਾਠ ਸੇਵਾ ਸਿਮਰਨ ਤੋਂ ਬਾਅਦ ਸਾਡੇ ਅੰਦਰ ਇਹ ਖਿਆਲ ਨੇ ਅਸੀਂ ਦੂਸਰਿਆਂ ਨਾਲੋਂ ਚੰਗੇ ਅਤੇ ਉੱਚੇ ਹੋ ਗਏ ਹਾਂ, ਸਤਸੰਗੀਓ ਇਹ ਚੀਜ਼ ਨੁਕਸਾਨਦਾਈ ਹੈ, ਲਾਭ ਨਹੀਂ। ਮੈਂ ਬੇਨਤੀ ਕਰਾਂ ਸਤਿਗੁਰੂ ਜੀ ਆਪ ਇਸ ਰਾਜ ਨੂੰ ਨਾ ਬਹੁਤ ਪਿਆਰਾ ਖੋਲ੍ਹਦੇ ਨੇ। ਕਹਿੰਦੇ ਕਰਮ ਧਰਮ ਸੰਜਮ ਬਹੁ ਕਰਤੇ, ਅਹਮ ਬੁੱਧ ਮਨ ਜਾ ਰਿਹੋ ਰੇ, ਜੇਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨੇ ਤਾਰਿਓ ਰੇ। ਧਰਮ ਦੇ ਕਰਮ ਕੀਤੇ, ਪਾਠ ਪੂਜਾ ਕੀਤੀ, ਇਹ ਸਾਰਾ ਕੁਝ ਭਲਾ ਸੀ, ਸੰਜਮ ਵੀ ਕੀਤਾ ਵੀ ਆਹ ਨਹੀਂ ਖਾਣਾ, ਇਹਨਾਂ ਤੋਂ ਪਰਹੇਜ਼ ਕਰਨਾ ਕੋਈ ਚੀਜ਼ਾਂ ਤੋਂ। ਕਹਿੰਦੇ ਭਲਾ ਸੀ ਚਾਰ ਬਜਰ ਕੁਰੈਤਾਂ ਤੋਂ ਬਚਣਾ, ਭਲਾ ਸੀ ਸੰਜਮ ਕੀਤਾ ਏ ਆਪਾਂ ਪਰਾਏ ਹੱਕ ਮਾਰਨ ਤੋਂ, ਭਲਾ ਹੋਇਆ। ਪਰ ਅਹਿੰ ਬੁੱਧ ਮਨ ਜਾ ਰਿਹੋ ਰੇ, ਜੇ ਸਾਰਾ ਕੁਝ ਕਰਕੇ ਆ ਗਿਆ ਅਹੰਕਾਰ ਵੀ ਮੈਂ ਵੇਖੋ ਦੂਜਿਆਂ ਨਾਲੋਂ ਚੰਗਾ, ਅਤੇ ਅੰਦਰ ਤਾਂ ਸਾੜ ਲਿਆ ਅਹੰਕਾਰ ਨਾਲ। ਕਹਿੰਦੇ ਜੇਤੇ ਯਤਨ ਕਰਤ ਅਤੇ ਡੂਬੇ, ਜਿੰਨੇ ਯਤਨ ਕੀਤੇ ਸੀ ਤਰਨ ਲਈ ਉਹਨਾਂ ਨੇ ਫਿਰ ਸਾਨੂੰ ਡੋਬ ਦਿੱਤਾ, ਅਤੇ ਲਾਭ ਕੀ ਹੋਇਆ ਇਹਦੇ ਨਾਲ? ਤੂੰ ਸਤਿਗੁਰੂ ਜੀ ਹੁਕਮ ਕਰਦੇ ਸਭ ਤੋਂ ਪਹਿਲਾਂ ਸਾਧੋ ਮਨ ਕਾ ਮਾਨ ਤਿਆਗੋ, ਛੱਡ ਦਿਓ ਮਾਣ, ਕੁਝ ਨਹੀਂ ਜੇ ਮਾਣ ਕਰਨਾ ਏ ਆਪਣੇ 'ਤੇ ਨਹੀਂ, ਧੰਨ ਗੁਰੂ ਨਾਨਕ ਸਾਹਿਬ 'ਤੇ ਕਰੋ, ਜਿਹਨੇ ਲੜ ਲਾਇਆ ਉਹ ਸਾਨੂੰ ਛੁਡਾ ਲਵੇਗਾ। ਪੈਂਦੇ ਨੇ ਮਾਣ ਕੀਤਾ ਸੀ ਆਪਣੇ 'ਤੇ, ਕਿੱਥੇ ਛੜਕ ਕੇ ਡੋਲ ਕੇ ਦੁਸ਼ਮਣ ਬਾਣ ਮੌਤ ਦੇ ਘਾਟ ਉਤਰ ਗਿਆ। ਭਾਈ ਬਚਿੱਤਰ ਸਿੰਘ ਨੇ ਮਾਣ ਕੀਤਾ ਸੀ ਸਤਿਗੁਰੂ ਗੁਰੂ ਕਲਗੀ ਵਾਲੇ 'ਤੇ, ਕਿਵੇਂ ਉਹ ਹਰ ਪਾਸੇ ਉਹਦੀ ਫਤਿਹ ਹੈ। ਸਤਿਗੁਰੂ ਜੀ ਨੇ ਦੂਜੀ ਪੰਕਤੀ ਵਿੱਚ ਬਚਨ ਕਿਹਾ ਏ,
ਕਾਮ ਕ੍ਰੋਧ ਸੰਗਤ ਦੁਰਜਨ ਕੀ ਤਿੰਨ ਚੀਜ਼ਾਂ ਨੂੰ ਕਹਿੰਦੇ ਤਾਂ ਤੇ ਐਨਸ ਭਾਗੋ ਦਿਨ ਰਾਤ ਇਹਨਾਂ ਤੋਂ ਦੂਰ ਭਾਜੋ ਕਾਮ ਤੋਂ ਬਚੋ ਕ੍ਰੋਧ ਦੀ ਅੱਗ ਤੋਂ ਬਚੋ ਅਤੇ ਦੁਰਜਨ ਭੈੜੀ ਬਿਰਤੀ ਵਾਲੀ ਭੈੜੀ ਸੰਗਤ ਤੋਂ ਬਚੋ। ਪਿਆਰਿਓ ਪੰਜਾਂ ਵਿਕਾਰਾਂ 'ਚੋਂ ਸਭ ਤੋਂ ਪਹਿਲਾ ਨੰਬਰ ਕਾਮ ਦਾ, ਦੂਸਰਾ ਕ੍ਰੋਧ ਦਾ। ਇਹ ਵਾਸ਼ਨਾ ਜੋ ਨਿਰੰਕਾਰ ਦੀ ਰਚਨਾ ਰਚਣ ਲਈ ਬਣਾਈ ਸੀ, ਮਨੁੱਖ ਇਹਦੇ ਵਿੱਚ ਵਹਿਣ ਵਿੱਚ ਪੈ ਕੇ ਹੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ, ਨਿਸ਼ਾਨਾ ਨਹੀਂ ਬਣਾਉਂਦਾ। ਕ੍ਰੋਧ ਹੈ ਜੋ ਕੁਝ ਮੈਂ ਕਹਾਂ ਉਹ ਹੋਵੇ ਤਾਂ ਭਲਾ, ਕ੍ਰੋਧ ਦਾ ਮਤਲਬ ਹੀ ਮੈਂ ਹੰਕਾਰੀ ਆਦਮੀ ਕਰੇਗਾ ਵੀ ਜੋ ਮੈਂ ਕਿਹਾ ਮੰਨਿਆ ਨਹੀਂ ਗਿਆ। ਅਤੇ ਮਾੜੀ ਸੰਗਤ ਨੂੰ ਤਿਆਗਣਾ, ਕਹਿੰਦੇ ਤੇ ਤੂੰ ਦੂਰ ਭੱਜ ਜਾਓ ਜੇ ਸੱਚਮੁੱਚ ਤੁਸੀਂ ਨਿਰਵਾਣ ਪਦ ਦੀ ਪ੍ਰਾਪਤੀ ਕਰਨੀ, ਜੇ ਅਕਾਲ ਪੁਰਖ ਦੀ ਰਹਿਮਤ ਲੈਣੀ ਜਾਂ ਜਿਸ ਲਈ ਜ਼ਿੰਦਗੀ ਮਿਲੀ ਉਹ ਨਿਸ਼ਾਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਸ ਨੂੰ ਇਹਨਾਂ ਚੀਜ਼ਾਂ ਦਾ ਤਿਆਗ ਕਰੋ, ਇਹਨਾਂ ਤੋਂ ਪਰੇ ਹੋ ਜਾਵੋ, ਸਤਿਗੁਰੂ ਜੀ ਮਿਹਰ ਕਰਨ। ਇਹ ਰਹਾਉ ਦੀਆਂ ਪੰਕਤੀਆਂ ਨੇ। ਅੱਗੇ ਬਚਨ ਨੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹੇ ਅਤੀਤਾ ਤਿੰਨ ਜਗ ਤੱਤ ਪਛਾਣਾ। ਕਹਿੰਦੇ ਇਹਨਾਂ ਅੰਦਰ ਨੂੰ ਸਾਧੋ, ਬੰਦਗੀ ਕਰੋ, ਸੁੱਖ ਅਤੇ ਦੁੱਖ ਦੋਨੋਂ ਇੱਕੋ ਜਿਹੇ ਸੁਰਤੀ ਨੂੰ ਜਾਪਣ। ਨਾ ਸੁੱਖ ਵਿੱਚ ਇਹ ਸੁਰਤੀ ਬਦਲੇ, ਨਾ ਦੁੱਖ ਵਿੱਚ ਬਦਲੇ। ਕੋਈ ਮਾਣ ਤੁਹਾਡਾ ਕਰ ਰਿਹਾ ਚਾਹੇ ਅਪਮਾਨ ਕਰ ਰਿਹਾ, ਕਦੇ ਚਾਰ ਚੁਫੇਰੇ ਖੁਸ਼ੀ ਜਿਹਨੂੰ ਲੋਕ ਕਹਿੰਦੇ ਉਹ ਆਈ, ਕਦੇ ਸੋਗ ਆਇਆ, ਇਹ ਸਾਰੀਆਂ ਚੀਜ਼ਾਂ ਤੁਹਾਡੀ ਸੁਰਤੀ ਵਿੱਚ ਰੁਕਾਵਟ ਨਾ ਬਣਨ। ਫਿਰ ਤੱਤ ਦੀ ਪਛਾਣ ਸਮਝਾਂਗੇ ਵੀ ਸਾਨੂੰ ਖੋ ਗਈ ਏ। ਉਸਤਤ ਨਿੰਦਾ ਦੋ ਤਿਆਗੇ, ਨਾ ਤੇ ਉਸਤਤ ਸੁਣੀਏ ਆਪਣੀ ਅਤੇ ਨਾ ਕਿਸੇ ਦੀ ਨਿੰਦਾ ਕਰੀਏ। ਖੋਜੇ ਪਦ ਨਿਰਮਾਣਾ, ਅੰਦਰ ਬੈਠੇ ਅਕਾਲ ਪੁਰਖ ਦੀ ਖੋਜ ਕਰੀਏ ਵੀ ਜਿਸ ਪਦਵੀ 'ਤੇ ਉਹ ਬੈਠਾ ਉਹ ਪਦਵੀ ਮੈਂ ਹਾਸਲ ਕਰਨੀ, ਉਹਦੇ ਕੋਲ ਜਾਣਾ। ਸਾਹਿਬ ਕਹਿੰਦੇ ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਕਹਿੰਦੇ ਇਹ ਸੁੱਖ ਦੁੱਖ ਬਰਾਬਰ ਦਿਸਣ, ਹਰਕ ਸੋਗ ਉਸਤਤ ਨਿੰਦਾ ਸੁਰਤੀ 'ਤੇ ਪ੍ਰਭਾਵ ਨਾ ਪਾਉਣ, ਇਹ ਖੇਲ ਕਠਿਨ ਏ। ਪਰ ਇਹ ਖੇਲ ਕਠਿਨ ਨੂੰ ਜੇ ਕਠਿਨ ਔਖਾ ਸਮਝ ਕੇ ਛੱਡਾਂਗੇ ਜ਼ਿੰਦਗੀ ਦਾ ਟੀਚਾ ਨਹੀਂ ਪੂਰਾ ਹੋਣਾ। ਔਖਾ ਨਹੀਂ, ਦੁਨੀਆ ਨੇ ਸਾਡੀ ਸੋਚ ਬਣਾ ਦਿੱਤੀ ਬਾਹਰ ਮੁਖੀ, ਇਸ ਕਰਕੇ ਅਸੀਂ ਦੁਨੀਆ ਨਾਲ ਮਿਲ ਕੇ ਤੁਰਨਾ ਚਾਹੁੰਦੇ ਹਾਂ। ਸਤਿਗੁਰੂ ਕਹਿੰਦੇ ਦੁਨੀਆ ਦੁਖੀ ਹੈ ਤੂੰ ਵੀ ਦੁਖੀ ਹੋਏਗਾ। ਦੁਨੀਆ ਬਣਾਈ ਨਹੀਂ ਸੀ ਰੱਬ ਨੇ ਦੁੱਖ ਦੇਣ ਲਈ, ਭੋਗਣ ਲਈ, ਬੰਦੇ ਨੂੰ ਜਿਉਣ ਦਾ ਢੰਗ ਨਹੀਂ ਆਇਆ, ਇਸ ਕਰਕੇ ਦੁਖੀ ਹੈ। ਅਤੇ ਅਸੀਂ ਚਾਹੁੰਦੇ ਹਾਂ ਤੂੰ ਸੁਖੀ ਖੋ, ਤੂੰ ਵਿਰਲਿਆਂ 'ਚ ਆ, ਤੂੰ ਭੀੜ ਵਿੱਚ ਨਾ ਜਾ ਜੋ ਕੁਝ ਭੀੜ ਕਰਦੀ ਹੈ। ਸੋ ਇਹ ਖੇਲ ਕਠਿਨ ਵੀ ਬੜਾ ਹੈ ਪਰ ਪਿਆਰੇ ਨੂੰ ਸਤਿਗੁਰੂ ਪਿਆਰ ਦੀ ਖੇਡ ਕਹਿੰਦੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਇਹ ਪਿਆਰ ਹੈ ਕਹਿੰਦੇ, ਖੇਡ ਪਿਆਰਾਂ ਦੀ ਇਹ ਕੋਈ ਜਬਰੀ ਨਹੀਂ ਕਿਸੇ ਨੂੰ ਧੱਕੇ ਨਾਲ ਕਵੇ ਵੀ ਤੂੰ ਇਹਨਾਂ ਨਾਮ ਜਪ ਲੈ, ਤੂੰ ਇਹਨਾਂ ਬੈਠਿਆ ਕਰ, ਨਹੀਂ, ਇਹ ਅੰਦਰੋਂ ਪਿਆਰ ਦੀ ਖੇਡ ਹੈ। ਸਿਰ ਤਰ ਤਲੀ ਗਲੀ ਮੇਰੀ ਆਓ। ਭਗਤ ਕਬੀਰ ਸਾਹਿਬ ਇੱਕ ਜਗ੍ਹਾ ਬਚਨ ਕਰਦੇ, ਕਹਿੰਦੇ ਖੇਡ ਹਰ ਬੰਦਾ ਨਹੀਂ ਖੇਡਦਾ। ਜਿਵੇਂ ਬਾਹਰਲੀਆਂ ਖੇਡਾਂ ਵਿੱਚ ਫੁੱਟਬਾਲ ਕੋਈ ਗੇਂਦ ਰੱਖਦਾ, ਕਹਿੰਦੇ ਇਹ ਪਰਮੇਸ਼ੁਰ ਨਾਲ ਸਤਿਗੁਰੂ ਨਾਲ ਜਦੋਂ ਪਿਆਰ ਦੀ ਖੇਡ ਖੇਡੀਏ ਤਾਂ ਇੱਥੇ ਕਬੀਰ ਜੋ ਤੋਂ ਸਾਧ ਪਿਰਮ ਕੇ ਸੀਸ ਕਾਟ ਕਰ ਗੋਏ, ਸਿਰ ਇਹ ਧਰਤੀ 'ਤੇ ਰੱਖਣਾ ਪੈਂਦਾ ਕੱਟ ਕੇ, ਖੇਲਤ ਖੇਲਤ ਖਾਲ ਕਰ ਜੋ ਕੁਛ ਹੋਏ ਤਾਂ ਹੋਏ। ਕਹਿੰਦੇ ਜਦ ਇਸ ਖੇਡ ਵਿੱਚ ਪੈ ਗਏ ਫਿਰ ਦੁਨੀਆ ਦੀ ਪਰਵਾਹ ਨਾ ਕਰ, ਬਸ ਫਿਰ ਤਾਂ ਜੋ ਮਰਜ਼ੀ ਦੁਨੀਆ ਕਵੇ, ਬਸ ਇੱਕੋ ਫਿਰ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਣੀ ਹੈ। ਪਰ ਇਹ ਖੇਲ ਕਠਿਨ ਕੀ ਹੈ, ਇਸ ਦੇ ਵਿਚਾਰ ਇੱਥੋਂ ਅਜੇ ਕੱਲ੍ਹ ਨੂੰ ਪ੍ਰਾਰੰਭ ਕਰਕੇ ਇਸ ਸ਼ਬਦ ਦੇ ਫਿਰ ਦੁਬਾਰਾ ਇੱਕ ਵਾਰ ਦਰਸ਼ਨ ਕਰਾਂਗੇ, ਫਿਰ ਅਗਲੇ ਸ਼ਬਦ ਦੀਦਾਰ ਕਰਾਂਗੇ। ਖੇਲ ਕਠਿਨ ਦਾ ਕੀ ਮਤਲਬ ਹੈ ਪੂਰਾ, ਨਾਲੇ ਸਤਿਗੁਰੂ ਕਹਿੰਦੇ ਸਾਧੋ ਇਹਦੇ ਕੁਝ ਪੱਖ ਜਿਹੜੇ ਹਨ ਉਹ ਸਮਝਣੇ ਜ਼ਰੂਰੀ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਚਾਰਾਂਗੇ। ਤੁਸੀਂ ਇਸੇ ਤਰ੍ਹਾਂ ਪਿਆਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਲਈ ਜੁੜਦੇ ਰਹਿਣਾ ਜੀ। ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।